ਸਤਿ ਸ਼੍ਰੀ ਅਕਾਲ ਦੋਸਤੋ, ਕੀ ਕਦੇ ਤੁਸੀਂ ਇੱਕ ਅਜਿਹਾ ਇਨਸਾਨ ਦੇਖਿਆ ਜੋ 70 ਰੋਟੀਆਂ ਖਾਂਦਾ, 3 ਕਿਲੋ ਸਬਜ਼ੀ ਅਤੇ ਪੂਰੇ ਦਿਨ ਵਿੱਚ 1 ਘੰਟਾ ਹੀ ਉਹ ਨੀਂਦ ਲੈਂਦਾ? ਤੁਹਾਡੇ ਨਾਲ ਉਹ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜੋ ਮੱਟ ਸ਼ੇਰੋ ਨੇ ਆਪਣੇ ਓਫਿਸ਼ਲ ਅਕਾਊਂਟ ਫੇਸਬੁੱਕ 'ਤੇ ਸਭ ਨਾਲ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹ ਇਨਸਾਨ ਆ ਜੋ ਤੁਹਾਡੇ ਰੂਬਰੂ ਅਸੀਂ ਕਰਵਾਉਣ ਜਾ ਰਹੇ ਹਾਂ, ਜੋ 70 ਰੋਟੀਆਂ ਖਾਂਦਾ, 3 ਕਿਲੋ ਸਬਜ਼ੀ, 1 ਘੰਟਾ ਨੀਂਦ ਲੈਂਦਾ ਅਤੇ ਗਰਮੀ ਦੇ ਵਿੱਚ ਵੀ ਅੱਗ ਬਾਲ ਕੇ ਉਹ ਸੌਂਦਾ ਸੇਕਦਾ। ਅਤੇ ਉਸਦਾ ਇਹ ਕਹਿਣਾ ਕਿ ਉਹ ਸਵੇਰੇ 6:30 ਵਜੇ ਤੋਂ 7 ਵਜੇ ਦੇ ਵਿੱਚ ਗੁਰੂ ਘਰ ਪਹੁੰਚ ਜਾਂਦਾ ਅਤੇ ਉੱਥੇ ਉਹ ਲੰਗਰ ਦੇ ਵਿੱਚ ਰੋਟੀ ਖਾਂਦਾ। ਕਈ ਵਾਰ ਅਜਿਹੇ ਇਨਸਾਨ ਵੀ ਸਾਨੂੰ ਮਿਲ ਜਾਂਦੇ ਨੇ ਜੋ ਹੈਰਾਨ ਕਰ ਦਿੰਦੇ ਨੇ ਕਿ ਇੱਦਾਂ ਵੀ ਹੋ ਸਕਦਾ। ਇੱਕ ਗੱਲ ਹੋਰ ਦੱਸਦਾ ਤੁਹਾਨੂੰ, ਹਰੀਆਂ ਮਿਰਚਾਂ ਜਿੰਨੀਆਂ ਮਰਜ਼ੀ ਕੌੜੀਆਂ ਹੋਣ, ਹਰੀਆਂ ਮਿਰਚਾਂ ਜਿੰਨੀਆਂ ਮਰਜ਼ੀਆਂ ਕੌੜੀਆਂ ਹੋਣ, ਇਸ ਵੀਡੀਓ ਦੇ ਵਿੱਚ ਉਸ ਬੰਦੇ ਨੇ ਹਰੀਆਂ ਮਿਰਚਾਂ ਵੀ ਖਾ ਕੇ ਦਿਖਾਈਆਂ। ਜ਼ਿਆਦਾ ਟਾਈਮ ਤੁਹਾਡਾ ਖਰਾਬ ਨਹੀਂ ਕਰਦੇ, ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਵੀਡੀਓ, ਅਤੇ ਵੀਡੀਓ ਨੂੰ ਅੱਗੇ ਜ਼ਰੂਰ ਭੇਜਿਓ ਤਾਂ ਕਿ ਸਭ ਤੱਕ ਇਹ ਵੀਡੀਓ ਪਹੁੰਚ ਸਕੇ। ਤੁਸੀਂ ਆਪ ਹੀ ਦੇਖ ਲਵੋ ਇਸ ਇਨਸਾਨ ਨੂੰ। ਗੱਪ ਮਾਰੀ ਜਾਂਦਾ ਯਾਰ, ਇੰਨੀਆਂ ਰੋਟੀਆਂ ਵੀ ਖਾ ਜਾਂਗਾ ਤੂੰ? ਆਹ ਦਰਬਾਰ ਸਾਹਿਬ ਦੇ ਮੂਹਰੇ ਖੜਾ ਜੀ। ਅੱਛਾ, ਹਾਂਜੀ, ਆਹ ਦੇਖੋ ਜੀ। ਨਹੀਂ, ਇਹ ਮਸਤੋਣਾ ਸਾਹਿਬ ਖੜੇ ਆਪਾਂ? ਹਾਂਜੀ, ਮਸਤੋਣਾ ਸਾਹਿਬ। ਕਿੰਨੀਆਂ ਰੋਟੀਆਂ ਖਾ ਜਾਂਦਾ ਤੁਸੀਂ? 70 ਰੋਟੀਆਂ ਦੀ ਗਰੰਟੀ ਹੈ ਜੀ ਮੇਰੀ। ਜੇ ਕਿਸੇ ਨੇ 70 ਲਾ ਲਈ ਫਿਰ? ਕੋਈ ਮਰਜ਼ੀ ਲਾ ਲੇ ਜੀ, 5 ਉੱਪਰ ਧਰ ਦਿਓ। ਅੱਛਾ ਜੀ, ਆਹ ਦੇਖੋ ਜੀ, ਆਹ ਮਿਰਚਾਂ ਨੇ ਹਰੀਆਂ ਬਿਨਾਂ ਰੋਟੀ ਤੋਂ। ਅੱਛਾ, ਆਹ ਦੇਖੋ ਜੀ ਕਿਵੇਂ ਜਾ ਰਹੀਆਂ ਨੇ, ਕੌੜੀਆਂ ਹੋਣਗੀਆਂ ਇਹ? ਕਿੰਨੀਆਂ ਮਰਜ਼ੀ ਕੌੜੀਆਂ ਹੋਣ ਜੀ। ਅੱਛਾ ਜੀ, ਤਾਂ ਹੀ ਤਾਂ ਫਿਰ ਢਿੱਡ ਦੇਖ ਕਿੱਡਾ ਖਾਦ ਖਾਈ ਢਿੱਡ। ਹਾਂ ਜੀ ਬਾਬਾ, ਉਹ ਬਸ ਬਸ ਪਤਾ ਹੀ ਦਿਖਾ ਹੀ ਠੀਕ ਹੈ। ਅੱਛਾ, ਕਹਿੰਦੇ ਗਰਮੀਆਂ ਦੇ ਵਿੱਚ ਅੱਗ ਲਾ ਕੇ ਸੌਂਦਾ ਹੈ? ਹਾਂ ਜੀ, ਵਿਚਾਲੇ ਕੀ ਵਿਚਾਲੇ? ਅੱਗ ਲਾ ਕੇ ਵਿਚਾਲੇ ਸੌਂਦਾ ਜੀ ਗਰਮੀਆਂ 'ਚ। ਹਾਂ ਜੀ, 2 ਮਹੀਨੇ ਕਰਸਾ ਕਰਸਾ। ਸਰਦੀਆਂ 'ਚ? ਉਹ ਇੱਕ ਗੱਗੜਪੁਰ ਵਾਲੀ ਦੱਸੀ ਤੈਨੂੰ, ਜਿਹੜਾ ਦਿਹਾੜੀ ਤੇ ਲੈ ਕੇ ਗਿਆ ਸੀਗਾ। ਹਾਂਜੀ, ਉਹ ਕਿਵੇਂ ਕੀ ਗੱਲ ਹੋ ਗਈ ਤੈਨੂੰ? ਤਾਂ ਕਿਹਾ ਇਹ ਭਾਈ ਇੱਥੇ ਕੋਈ ਬੰਦਾ ਹੈਗਾ ਇਹਨੂੰ ਲੈਣ ਦਿਹਾੜੀ ਤੇ? ਉਹ ਕਹਿੰਦਾ ਯਾਰ ਮੈਨੂੰ ਬੰਦਾ ਨਹੀਂ ਮਿਲ ਰਿਹਾ ਦਿਹਾੜੀ ਤੇ, ਬਾਈ ਕੋਈ ਬੰਦਾ ਹੈਗਾ ਇਸ ਕਿਹਾ ਇਹਨੂੰ ਲੈ ਜਾਓ। ਅੱਛਾ, ਇਹ ਇਹਨੂੰ ਕੱਲੀ ਰੋਟੀ ਇਹਦੇ ਮੂੰਹੋਂ ਸੁਣਾ, ਇਹਦੇ ਮੂੰਹੋਂ ਸੁਣਾ ਤੂੰ ਦੱਸ ਬਾਈ ਕਿਵੇਂ ਕਹਾਣੀ ਉਹ ਬੰਦਾ ਲੈ ਕੇ ਗਿਆ ਜਿਹੜਾ? ਉਹ ਲੈ ਕੇ ਜੀ ਦਿਹਾੜੀ ਤੇ, ਹਾਂ, ਘਰ ਮਸੂ ਗੱਗੜਪੁਰਾ। ਅੱਛਾ, ਮੈਨੂੰ ਕਹਿੰਦਾ ਵੀ ਕੰਮ ਕਰਨਾ, ਬਸ ਤੂੰ ਰੋਟੀ ਰੋਟੀ ਦੇ ਦੀ। ਅੱਛਾ, 60 ਰੋਟੀਆਂ ਖਾਧੀਆਂ ਜੀ ਮੈਂ ਉਹਦੇ ਜਾ ਕੇ ਘਰੇ। ਅੱਛਾ ਜੀ, 500 ਰੁਪਈਆ ਨਾਲ ਕਹਿੰਦਾ ਵਗ ਜਾ ਬੜੋਕਿਆਂ ਨੂੰ ਜਾ ਕੇ। ਅੱਛਾ ਜੀ, ਉਸ ਤੋਂ ਬਾਅਦ ਮੈਂ 9.5 ਸਾਲ ਲਾ ਕੇ ਉਹਦੇ ਨਾਲ। ਅੱਛਾ ਜੀ, 47 ਰੋਟੀਆਂ ਮੈਨੂੰ ਦਿੰਦੇ ਰਹੇ। ਇਦੂ ਪਹਿਲਾਂ ਕਿਆ ਖਾ ਗਿਆ? ਇਦੂ ਪਹਿਲਾਂ ਜੀ ਮੈਂ 26 ਰੋਟੀਆਂ ਖਾ ਚੁੱਕਿਆ। ਹੁਣ ਕਿਆ ਖਾ ਦਿੰਗੇ ਉਹ ਤੋਂ ਬਾਅਦ? ਇਦੂ ਬਾਅਦ 16 ਪਈਆਂ ਨੇ ਜੀ, 26 ਦੇ 16। ਹਾਂ, ਹਾਂ ਤਾਂ ਹੋਰ ਖਾਵੇਗਾ ਸ਼ਾਮ ਤੱਕ? ਹੋਰ ਖਾਊ ਜੀ ਸ਼ਾਮ ਤੱਕ। ਅੱਛਾ ਜੀ, ਹਾਂ ਜੀ, ਅਤੇ ਮਿਰਚੇ ਕਿੰਨੇ ਖਾ ਜਾਣੇ? ਮਿਰਚਾਂ ਪਾਈਆਂ ਨੇ ਤਾਂ ਮੂਹਣਿਆ, 1 ਵੀ ਰਹਿ ਗਈ ਤਾਂ ਕਹਿ ਦਿਓ। ਅੱਛਾ, ਜੇ ਕਿਸੇ ਨੇ 70 ਲਾ ਲਈ ਫਿਰ ਖਾਣੇ ਪੈਣਗੀਆਂ? ਹਾਂ ਜੀ, ਹਾਂ। ਅੱਛਾ ਜੀ, ਹਾਂ ਜੀ, 70 ਰੋਟੀਆਂ? ਹਾਂ ਜੀ, 70 ਰੋਟੀਆਂ। 70 ਕੁ ਵੱਧ ਵੀ? ਉਹ ਤਾਂ ਤੁਹਾਡੀ ਮਰਜ਼ੀ ਆ, 70 ਦੀ ਤਾਂ ਮੈਂ ਤੁਹਾਨੂੰ ਦਿੰਦਾ, ਉਹ ਤਾਂ ਤੁਸੀਂ ਨੇ ਦੇਖਣਾ ਗਾ। ਅੱਜ ਉਰੇ ਫਿਰ ਕਿਵੇਂ ਖੜਾ ਹੈ ਜੀ? ਅੱਜ ਉਰੇ ਕਿਵੇਂ ਖੜਾ? ਇੱਧਰੋਂ ਆਇਆ ਸੀ ਜੀ ਲੰਗਰ 'ਚੋਂ। ਦਿਲ ਲੱਗੀ ਕਦੇ ਇੰਨਾ ਖਾ ਕੇ? ਨਾ ਜੀ, ਕੋਈ ਬਿਮਾਰੀ ਨਹੀਂ ਲੱਗੀ ਹੈਗੀ ਜੀ। ਅੱਛਾ ਜੀ, ਜਮੀ ਬਿਮਾਰੀ ਕਦੇ ਵੀ? ਜਮੀ ਵੀ ਨੀਂਦ ਨੂੰ ਨੀਂਦ ਪੂਰਾ ਵੀ ਨਹੀਂ ਆਉਂਦੀ ਹੈਗੀ ਜਿੰਨੇ ਇਹਨਾਂ ਨਾਲ। ਅੱਛਾ ਜੀ, 1 ਘੰਟਾ ਵਾਧੂ ਆ ਰਾਤ ਨੂੰ। ਅੱਛਾ ਜੀ, 12 ਵਜੇ ਛੋੜਨਾ ਗਾ, 1:30 ਵਜੇ ਸਟਾਰਟ। ਹੋਰ ਰੋਟੀਆਂ ਦੇ ਬਿਨਾ ਆਹ ਲੱਡੂ ਕਿੰਨੇ ਖਾਣੇ? ਲੱਡੂ ਪੂਰਾ ਵੀ ਨਹੀਂ, ਇੱਕ ਵੀ ਨਹੀਂ, ਨਾ ਮਠਾਈ ਦਾ ਲਵੇ ਵੀ ਨਹੀਂ ਦੇ ਲੰਘਦਾ ਗਿਆ। ਸਮੋਸੇ ਵੀ ਨਹੀਂ ਖਾਧਾ ਜਾਂਦਾ, ਬ੍ਰੈਡ ਵੀ ਨਹੀਂ ਖਾਂਦਾ ਨਾ, ਕੱਲੀਆਂ ਰੋਟੀਆਂ ਨਾਲ ਚਾਹੇ ਦਾਲ ਹੋਵੇ, ਸਬਜ਼ੀ ਹੋਵੇ, ਉਹਦਾ ਹੁਣ ਖਾਣੀ ਹੋਆ ਜੀ। ਸਬਜ਼ੀ ਕਿੰਨੀ ਖਾ ਜਾਂਦਾ? ਆਹ ਸਬਜ਼ੀ ਦੇਖ ਲਓ ਜੀ, 3 ਕਿਲੋ ਤਾਂ ਛੱਡਦਾ ਨਹੀਂ ਨਾਲ। ਹਾਂਜੀ, ਤੜਕੇ ਸਾਰਾ ਤੋਂ ਪਹਿਲਾਂ 3 ਵਜੇ ਲੰਗਰ 'ਚ ਜਾਂਦਾ ਉਹਨਾਂ ਦਾ? ਤੜਕੇ 6-7 ਵਜੇ ਲੰਗਰ 'ਚ ਮੈਂ ਹੋਊਂਗਾ ਜੀ। ਨਾ ਨਾ, ਉਹਦਾ ਕਹਿੰਦਾ 150 ਰੋਟੀ ਤੇਰੀ ਆ ਗਈ। ਹਾਂ, ਜਦੋਂ ਮਰਜ਼ੀ ਆ ਕੇ ਖਾ ਲਾ।